ਸਤਿ ਸ਼੍ਰੀ ਅਕਾਲ ਐਵਰੀਵਨ, ਵੈਲਕਮ ਟੂ ਮਾਈ ਨਿਊ ਵਲੌਗ। ਅਤੇ ਗਾਇਜ਼, ਆਈ ਹੋਪ ਸਾਰੇ ਬਹੁਤ ਸਹੀ ਹੋਣਗੇ। ਅਤੇ ਗਾਇਜ਼, ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਇੱਕ ਇੰਡੀਅਨ ਸਟਰੀਟ ਦਿਖਾਊਂਗਾ, ਬਹੁਤ ਮਸ਼ਹੂਰ ਹੈ ਟੋਰੋਂਟੋ ਵਿੱਚ। ਲੋਕਾਂ ਨੂੰ ਤਾਂ ਐਵੇਂ ਹੈ ਕਿ ਆਪਾਂ ਬਰੈਂਪਟਨ 'ਚ ਹੀ ਸਾਰਾ ਕੁਛ ਹੈ, ਸਾਰੇ ਪੰਜਾਬੀ ਰਹਿੰਦੇ ਨੇ। ਐਕਚੁਲੀ ਇੱਥੇ ਇੱਕ ਇੰਡੀਅਨ ਸਟਰੀਟ ਹੈ ਜਿਹਨੂੰ ਜਰਾਰਡ ਸਟਰੀਟ ਕਹਿੰਦੇ ਨੇ। ਅਤੇ ਇੱਥੇ ਸਾਰੀਆਂ ਮਤਲਬ ਸ਼ੋਪਸ ਨੇ, ਕਿਸੇ ਟਾਈਪ ਦੀ ਕਹਿ ਦਿਓ, ਸਵੀਟ ਸ਼ੋਪ ਲਾ ਲਓ, ਕੋਈ ਇੰਡੀਅਨ ਕੱਪੜੇ ਲੈਣੇ ਨੇ, ਕੋਈ ਐਥਨਿਕ ਵੇਅਰ, ਕੁਛ ਵੀ ਹੈ ਨਾ, ਅਤੇ ਸਾਰੀ ਚੀਜ਼ਾਂ ਨੇ। ਅਤੇ ਅੱਜ ਮੈਂ ਤੁਹਾਨੂੰ ਉਹ ਸਟਰੀਟ ਦਿਖਾਵਾਂਗਾ। ਅਤੇ ਅੱਜ ਈਦ ਕਰਕੇ, ਮਤਲਬ ਈਦ ਦਾ ਸੀਜ਼ਨ ਚੱਲਦਾ ਪਿਆ ਹੈ ਨਾ, ਤਾਂ ਕਰਕੇ ਨਾ ਵੀ ਰਸ਼ ਬਾਹਲਾ ਹੋਇਆ ਪਿਆ, ਅਤੇ ਉਹਦੇ ਕਰਕੇ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ। ਅਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਉਣਾ ਹੈ, ਅਤੇ ਅੱਜ ਫਿਰ ਆਪਾਂ ਆਪਣਾ ਨਵਾਂ ਵਲੌਗ ਸਟਾਰਟ ਕਰਦੇ ਹਾਂ। ਸੋ ਜ਼ਰੂਰੀ ਨਹੀਂ ਹੈਗਾ ਕਿ ਬਰੈਂਪਟਨ ਮਿਸਿਸਾਗਾ 'ਚ ਹੀ ਸਾਰਾ ਕੁਛ ਚੀਜ਼ਾਂ ਨੇ ਪੰਜਾਬੀਆਂ ਦੇ ਰਿਲੇਟਡ, ਬਟ ਇੱਥੇ ਟੋਰੋਂਟੋ ਡਾਊਨ ਟਾਊਨ 'ਚ ਵੀ ਹੈਗਾ ਇਹ। ਸਭ ਤੋਂ ਫੈਸੀਨੇਟਿੰਗ ਚੀਜ਼ ਇਹ ਹੈ ਕਿ ਇਹ ਸਟਰੀਟ 'ਤੇ ਤੁਹਾਨੂੰ ਗੋਰੇ ਵਗੈਰਾ ਵੀ ਦਿਖ ਜਾਣਗੇ। ਅਤੇ ਜਿਹੜੇ ਗੋਰੇ ਗੋਰੇ ਹੁੰਦੇ ਨੇ ਹੈ ਨਾ, ਅਤੇ ਉਹ ਖਾਂਦੇ ਪੀਂਦੇ ਫਿਰਦੇ ਹੁੰਦੇ ਨੇ, ਸਪੈਸ਼ਲੀ ਉਹਨਾਂ ਨੂੰ ਇੰਡੀਅਨ ਫੂਡ ਜ਼ਿਆਦਾ ਘੈਂਟ ਲੱਗਦਾ ਹੈ। ਮੈਨੂੰ ਤਾਂ ਬਾਹਲਾ ਹੀ ਘੈਂਟ ਲੱਗਦਾ, ਰਾਤ ਨੂੰ ਕਾਫੀ ਜ਼ਿਆਦਾ ਵਧੀਆ ਵਾਈਬਸ ਹੁੰਦੀ ਹੈ ਇੱਥੇ। ਕਾਫੀ ਜ਼ਿਆਦਾ ਇੱਥੇ ਗੁੱਡ ਰੈਸਟੋਰੈਂਟ ਨੇ, ਮੈਂ ਟਰਾਈ ਵੀ ਕੀਤੇ ਹੋਏ ਨੇ, ਉਹ ਤੁਹਾਨੂੰ ਦਿਖਾਊਂਗਾ ਵੀ, ਅਤੇ ਤੁਹਾਨੂੰ ਦਿਖਾਉਂਦੇ ਹਾਂ ਫਿਰ। ਸੋ ਜਿਹੜੇ ਬੰਦੇ ਟੋਰੋਂਟੋ ਡਾਊਨ ਟਾਊਨ ਵਾਲੀ ਸਾਈਡ ਰਹਿੰਦੇ ਆ, ਉਹਨਾਂ ਨੂੰ ਵੁੱਡਵਾਈਨ ਬੀਚ ਦਾ ਪਤਾ ਹੀ ਹੈ। ਅਤੇ ਜਦੋਂ ਆਪਾਂ ਵੁੱਡਵਾਈਨ ਬੀਚ ਦੇ ਨੇੜੇ ਤੇੜੇ ਆਉਂਦੇ ਹਾਂ, ਉਸ ਸਾਈਡ ਜਰਾਰਡ ਸਟਰੀਟ ਪੈਂਦੀ ਆ ਇਹ, ਅਤੇ ਇੱਥੇ ਸਾਰੇ ਇੰਡੀਅਨ ਸੌਦਾ ਪੱਤਾ ਮਿਲੂੰਗਾ ਤੁਹਾਨੂੰ। ਆਹ ਦੇਖੋ, ਰਾਣੀ ਜਵੈਲਰਸ ਲਿਖਿਆ ਹੋਇਆ ਇੱਥੇ। ਇਹ ਸਾਰੀ ਇੰਡੀਅਨ ਸਟਰੀਟ ਸਟਾਰਟ ਹੋ ਚੁੱਕੀ ਹੈ। ਓਪੇ ਇਹ ਲਿਖਿਆ ਹੋਇਆ ਅਪੋਲੋ ਬਿਊਟੀ ਸਲੂਨ, ਜਿਹਦੇ ਲਿਖਿਆ ਨਾ ਮਹਿੰਦੀ ਸਪੈਸ਼ਲ, ਤਾਂ ਇਹ ਸਾਰੀ ਸਟਰੀਟ ਹੈ ਜਿਹੜੀ ਉਹ ਇੰਡੀਅਨ ਸਟਰੀਟ ਹੀ ਹੈਗੀ ਹੈ। ਬਾਕੀ ਯਾਰ ਗੁੱਡ ਲੱਗਦਾ, ਅਲੱਗ ਅਲੱਗ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇੱਥੇ। ਇੱਥੇ ਪੰਜਾਬੀ ਬਹੁਤ ਹੁੰਦੇ ਨੇ, ਸਪੈਸ਼ਲੀ ਰਾਤ ਨੂੰ, ਕਿਉਂਕਿ ਮੋਸਟਲੀ ਜਿਹੜੀਆਂ ਦੂਜੀ ਦੁਕਾਨਾਂ ਨੇ ਕੱਪੜੇ ਵਗੈਰਾ ਦੀਆਂ, ਉਹ ਤਾਂ ਬੰਦ ਹੋ ਜਾਂਦੀਆਂ ਨੇ ਰਾਤ ਨੂੰ, ਬਟ ਖਾਣ ਪੀਣ ਵਾਲੀਆਂ ਆਈਟਮਾਂ ਪੂਰੀਆਂ ਬੜੀਆਂ ਹੁੰਦੀਆਂ ਨੇ ਇੱਥੇ। ਅਤੇ ਦੇਖੋ ਤੁਸੀਂ ਇੱਥੇ ਲਿਖਿਆ ਮਹਾਰਾਜਾ ਫੈਸ਼ਨਸ, ਇਹ ਕੱਪੜੇ ਦੀ ਸ਼ੋਪ ਆ ਇਹ। ਸੋ ਗੁੱਡ ਹੈ ਕੰਮ ਯਾਰ, ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ। ਦੇਖ ਲਓ ਤੁਸੀਂ, ਪੰਜਾਬੀ ਅੰਕਲ ਜੀ ਮਿਲਿਆ ਸੀਗਾ, ਉਹਦੇ ਪੁਰਾਣੇ ਪੰਜਾਬੀ ਰਹਿੰਦੇ ਨੇ ਗਾਇਸ ਕਾਫੀ ਜ਼ਿਆਦਾ, ਉਹਦੇ ਕਰਕੇ ਸੋਹਣੀਆਂ ਰੌਣਕਾਂ ਹੁੰਦੀਆਂ ਨੇ ਇੱਥੇ। ਬਟ ਇੱਕ ਥੋੜ੍ਹੀ ਜਿਹੀ ਉਹ ਹੁੰਦਾ ਵੀ ਇੱਥੇ ਪਾਰਕਿੰਗ ਥੋੜ੍ਹਾ ਜਿਹਾ ਤੁਹਾਨੂੰ ਦੇਖ ਕੇ ਲਾਉਣੀ ਪੈਂਦੀ ਹੈ, ਕਿਉਂਕਿ ਪਾਰਕਿੰਗ ਬਾਹਲੀ ਘੱਟ ਹੁੰਦੀ ਹੈ ਇਹ, ਉਸ ਕਰਕੇ। ਹੁਣ ਇੱਥੇ ਅੱਗੇ ਇੱਕ ਹੋਰ ਸ਼ੋਪ ਆ ਗਈ ਜਿੱਥੇ ਆਪਣਾ ਇੰਡੀਆ ਵਾਂਗ ਹੀ ਬਾਹਰ ਕੱਪੜੇ ਸੇਲਾਂ ਸੂਲਾਂ ਲੱਗੀਆਂ ਹੁੰਦੀਆਂ ਨੇ, ਰਾਈਟ। ਹਾਂ ਦੇਖੋ ਪੂਰੀ ਇੱਧਰ ਵਾਈਬ ਇੰਡੀਆ ਵਾਲੀ ਹੋ ਇੱਥੇ ਆਉਂਦੀ ਹੈ, ਚੈੱਕ ਕਰੋ ਹੈਗੇ ਨਹੀਂ ਸਿਰੇ। ਹਾਂ ਦੇਖੋ ਇੱਥੇ ਲੱਗਿਆ ਹੋਇਆ ਉੱਪਰ ਆਈਸ, ਦੇਖੋ ਮਹਿੰਦੀ ਦੀ ਕੀਪਾਂ ਹੋਈਆਂ, ਪੂਰਾ ਦੇਸੀ ਕੰਮ ਹੈ ਇੱਥੇ। ਇੱਕ ਉਹ ਵੀ ਹੈਗਾ ਯਾਰ, ਈਦ ਆਇਆ ਨਾ, ਹੁਣ ਮੈਨੂੰ ਇਹ ਨਹੀਂ ਪਤਾ ਸਪੈਸੀਫਿਕਲੀ ਈਦ ਕੱਲ੍ਹ ਹੈ ਜਾਂ ਪਰਸੋਂ ਆ, ਉਹਦੇ ਕਰਕੇ ਅੱਜ ਈਦ ਸੇਲ ਸੂਲ ਵੀ ਲੱਗੀ ਹੋਈ ਹੈ। ਅਤੇ ਸਾਹਮਣੇ ਦੇਖੋ ਤੁਸੀਂ, ਇਹ ਵੀ ਇੱਕ ਸ਼ੋਪ ਹੈ ਇੱਥੇ ਕੱਪੜੇ ਕੁੱਪੜੇ ਵਾਲੀ,
ਆਪਾਂ ਦੇਖੋ ਇੰਡੀਅਨ ਰਸੋਈ, ਇਹਨਾਂ ਨੇ ਬਾਹਰ ਗੰਨੇ ਦਾ ਰਸ ਵੀ ਲਾਇਆ ਹੋਇਆ ਹੀ ਆ। ਇੱਥੇ ਪਾਨ ਸੈਂਟਰ, ਇੱਥੇ ਪਾਨ ਵੀ ਮਿਲਦਾ ਹੈ ਸਾਨੂੰ। ਇਹ ਐਮਰਜੈਂਸੀ ਵਹੀਕਲ ਸੀਗੇ ਇਹ ਪੁਲਸੀਆਂ ਵਲਸੀਆਂ ਦੇ। ਤਕੜੀ ਐਮਰਜੈਂਸੀ ਹੋ ਗਈ, ਦੇਖ ਲਓ ਐਵੇਂ ਹੁੰਦਾ ਐਮਰਜੈਂਸੀ। ਬਾਕੀ ਯਾਰ ਆਹ ਦੇਖੋ ਜਿਵੇਂ ਲਾਹੌਰ ਬਾਰਬੀਕਿਊ ਐਂਡ ਪਾਨ ਸੈਂਟਰ ਲਿਖਿਆ ਹੋਇਆ ਸਾਹਮਣੇ, ਅਤੇ ਗੰਨੇ ਦਾ ਰਸ ਵਗੈਰਾ ਵੀ ਮਿਲਦਾ, ਸਭ ਕੁਝ ਮਿਲਦਾ ਆਪਣਾ ਇੰਡੀਅਨ। ਬਾਕੀ ਚਾਟ ਚੂਟ ਹੋ ਗਈ ਜਾਂ ਹੋਰ ਕੋਈ ਲਟਰਮ ਵਟਰਮ ਸਾਰਾ ਸੌਦਾ ਪਤਾ। ਇੰਡੀਆ ਪਾਨ ਨੇ ਅਗੇਨ ਇੱਕ ਪਾਨ ਸ਼ੋਪ ਆ ਗਈ, ਇੱਕ ਰਾਣਾ ਜੈਮਸ, ਸਭ ਤੁਹਾਨੂੰ ਯਾਰ ਇੰਡੀਅਨ ਹੀ ਦਿਖਣਗੇ ਇੱਥੇ ਓਵਰਆਲ ਨਾ ਸਾਰੇ ਕਿਤੇ ਤੁਹਾਨੂੰ। ਜਵੈਲਰੀ ਸ਼ੋਪ ਆ ਗਈ, ਇਹ ਵੀ ਇੰਡੀਅਨ ਹੀ ਹੈ। ਇੱਥੇ ਆ ਕੇ ਤੁਹਾਨੂੰ ਕੋਈ ਕੈਨੇਡਾ ਵਾਲੀ ਵਾਈਬ ਨਹੀਂ ਲੱਗਣੀ ਇਸ ਸਟਰੀਟ ਦੇ ਸਪੈਸ਼ਲੀ, ਜਿਵੇਂ ਜਿਹੜੇ ਅਸੀਂ ਆਪਣੇ ਬਰੈਂਪਟਨ ਮਿਸਾਗਾ ਵਾਲੇ ਹੋ ਗਏ ਹੈ ਨਾ, ਉਹਨਾਂ ਨੂੰ ਲੱਗਦਾ ਹੈ ਵੀ ਉੱਥੇ ਜਮ੍ਹਾਂ ਹੀ ਪੰਜਾਬੀ ਹੁੰਦੇ ਨੇ, ਆਪਣਾ ਪੂਰਾ ਦੇਸੀ ਕੰਮ ਹੁੰਦਾ, ਉਹ ਹੀ ਸੇਮ ਇੱਥੇ ਆ। ਸੋ ਗੁੱਡ ਹੁੰਦਾ ਯਾਰ ਕੰਮ। ਦੀਵਾਲੀ ਨੂੰ ਇੱਥੇ ਦੀਵਾਲੀ ਬਾਜ਼ਾਰ ਲੱਗਦਾ ਇੱਕ, ਉਦੋਂ ਵੀ ਕਾਫੀ ਜ਼ਿਆਦਾ ਐਕਟੀਵਿਟੀਜ਼ ਹੁੰਦੀਆਂ ਨੇ। ਅਤੇ ਹੁਣ ਦੇਖੋ ਤੁਸੀਂ ਅੱਗੇ ਇੱਕ ਇੱਥੇ ਬਹੁਤ ਮਸ਼ਹੂਰ ਹੈ ਦੇਸੀ ਬਰਗਰ ਕਰਕੇ, ਉੱਥੇ ਤੁਹਾਨੂੰ ਬਰਗਰ ਵਗੈਰਾ ਵੀ ਮਿਲਣਗੇ ਪੂਰੇ ਦੇਸੀ ਜਿਹੜੇ ਆਪਣੇ ਇੰਡੀਆ ਵਾਲੇ ਹੁੰਦੇ ਆ। ਅਤੇ ਗੰਨੇ ਦਾ ਰਸਤਾ ਉਰੇ ਹੈਗਾ ਹੀ ਹੈ ਓਵਰਆਲ ਹਰ ਕਿਤੇ ਹੀ, ਬਟ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਲੱਗਦਾ ਪ੍ਰਾਈਸ ਦਾ ਸਪੈਸ਼ਲੀ। ਉਹ ਦੇਖੋ ਕਿਉਂ ਗੁੱਡ ਹੈ ਨਾ ਕੰਮ ਸਾਰਾ। ਆਹ ਦੇਖੋ ਇਹਨਾਂ ਨੇ ਇੰਡੀਅਨ ਸਿੰਬਲ ਸੁੰਬਲ ਲਾਏ ਹੋਏ ਨੇ ਨਾ ਮਹਿੰਦੀ ਮੁਹਿੰਦੀ। ਅੱਗੇ ਯਾਰ ਮੈਂ ਥੋੜ੍ਹਾ ਜਿਹਾ ਮਿਊਜ਼ਿਕ ਪਿੱਛੇ ਲਾ ਦਾਂਗਾ, ਵੈਸੇ ਕਾਪੀਰਾਈਟ ਨਾ ਪੈ ਜਾਵੇ ਕਿਉਂਕਿ ਅੱਗੇ ਹਿੰਦੀ ਗਾਣੇ ਲਾਏ ਹੋਏ ਨੇ, ਤੁਹਾਨੂੰ ਸੁਣ ਵੀ ਰਹੇ ਹੋਣੇ ਮਾੜੇ ਮੋਟੇ। ਇੱਥੇ ਇੰਡੀਅਨ ਵਾਈਬਸ ਹੀ ਮਿਲਦੀਆਂ ਨੇ। ਅਤੇ ਅੱਜ ਆਪਣਾ ਮੇਨ ਮੋਟਿਵ ਇਹੀ ਸੀਗਾ ਆਪਣਾ ਬਣਾਉਣ ਦਾ ਵੀਡੀਓ, ਅਤੇ ਤੁਹਾਨੂੰ ਪਤਾ ਚੱਲ ਜਾਵੇ ਕਿ ਡਾਊਨ ਟਾਊਨ ਟੋਰੋਂਟੋ 'ਚ ਵੀ ਹੈਗੀ ਆ ਇੱਕ ਸਟਰੀਟ, ਇਹ ਹੈ ਜਿਰਾਰਡ ਸਟਰੀਟ। ਇਹ ਵੀ ਗੁੱਡ ਰੈਸਟੋਰੈਂਟ ਹੈਗਾ ਇਹ ਲੀਲਾ, ਜੇ ਕੋਈ ਡਾਊਨ ਟਾਊਨ ਵਾਲਾ ਦੇਖ ਰਿਹਾ ਵੀਡੀਓ ਤਾਂ ਗੁੱਡ ਹੁੰਦਾ ਇੱਥੇ ਖਾਣਾ ਪੀਣਾ। ਬੜਾ ਹੀ ਮਿਊਜ਼ਿਕ ਲਾਇਆ ਹੋਇਆ ਯਾਰ, ਪੀਰੀਅਡ ਪੱਕਾ ਪਊਗਾ ਜੇ ਨਹੀਂ ਪੈਣਾ ਤਾਂ ਵੀ ਪਊਗਾ। ਦੇਸੀ ਬਰਗਰ ਮੈਂ ਕਹਿ ਰਿਹਾ ਜੀ।
ਸਕਿਉਰਿਟੀ ਪੂਰੀ ਟਾਈਟ ਹੋਈ ਵੀ ਅੱਜ ਉਰੇ ਦੇਖੋ ਤੁਸੀਂ ਆਲ ਗੁੱਡ ਹੈਗਾ ਆਲ ਗੁੱਡ ਦੇਖੋ ਤੁਸੀਂ ਨਾਨ ਕੜਾਹੀ ਹੈ ਬਾਬੇ ਦੇ ਇੱਕ ਲਾਹੌਰ ਟਿੱਕਾ ਹਾਊਸ ਬਹੁਤ ਸਹੀ ਹੁੰਦਾ ਸੀਗਾ ਇਹਦੇ ਬਟ ਅੱਜ ਕੱਲ੍ਹ ਇਹ ਬੰਦ ਹੋਇਆ ਹੋਇਆ ਸਾਹਮਣੇ ਇਹ ਬਾਹਲੇ ਰਿਕਮੈਂਡਡ ਪਲੇਸ ਹੈ ਇਹ ਘੈਂਟ ਚੀਜ਼ ਹੁੰਦੀ ਹੈ ਇੱਥੇ ਪੂਰੀ ਹੈ ਗੱਲਬਾਤ ਬਹੁਤ ਮਸ਼ਹੂਰ ਹੈ ਅੱਛੀ ਵਾਈਬ ਨੇ ਗਾਇਸ ਸੋ ਆਪਾਂ ਹੁਣ ਅੱਗੇ ਵੱਧਦੇ ਹੋਏ ਇਹ ਦੇਖੋ ਬੁੱਲੇ ਪਾਨ ਐਂਡ ਡਰਿੰਕ ਸਨੈਕ ਅੱਜ ਤੋਂ ਬਾਹਰ ਗੋਲ ਗੱਪਿਆਂ ਦੀ ਵੀ ਸਟਾਲ ਲੱਗੀਆਂ ਹੋਈਆਂ ਨੇ ਇੱਥੇ ਆਹ ਚੱਕਰ ਇੰਡੀਅਨ ਕਾਰਪੇਟਸ ਅੱਜ ਉਰੇ ਲੋਕ ਮਹਿੰਦੀ ਵਾਲੀ ਲਵਾ ਰਹੇ ਨੇ ਇਹ ਉਹੀ ਈਦ ਕਰਕੇ ਹੀ ਆ ਇਹ ਇਹਦੇ 17 ਸੈਕਟਰ ਵਾਲੀ ਫੀਲ ਆਉਂਦੀ ਹੈ ਇਹ ਚੰਡੀਗੜ੍ਹ ਜਿਹੜਾ ਕੋਈ ਮੇਰਾ ਵੀਰ ਭੈਣ ਭਰਾ ਇੰਡੀਆ ਤੋਂ ਦੇਖ ਰਿਹਾ ਹੈ ਸਪੈਸ਼ਲੀ ਪੰਜਾਬ ਤੋਂ ਚੰਡੀਗੜ੍ਹ ਤੋਂ ਉਹਨਾਂ ਨੂੰ ਤਾਂ ਪਤਾ ਹੈ ਨਾ ਬਾਕੀ ਕੁਝ ਨਵੇਂ ਵੀ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਸੋ ਇਹ ਸੀਨ ਹੈ ਲੈਗੋ ਬਿਲਡ ਕਰ ਰਿਹਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਂ ਲੈਗੋ ਲਿੱਤਾ ਇੱਕ ਅਤੇ ਅੱਜ ਮੈਂ ਕਿਹਾ ਚਲੋ ਆਪਾਂ ਬਿਲਡ ਕਰਦੇ ਹਾਂ ਗਾਇਸ ਦਿਸ ਇਜ਼ ਦਾ ਲੈਗੋ ਅਤੇ ਆਪਾਂ ਹੁਣ ਕਰ ਰਹੇ ਹਾਂ ਬਿਲਡ ਦੇਖੀਏ ਖੋਲ੍ਹ ਕੇ ਸੋ ਗਾਇਸ ਇਹ ਹੈਗੀ ਹੈ ਮੈਨੂਅਲ ਅਤੇ ਇਹ ਹੈਗੇ ਪਾਰਟਸ ਇਹਦੇ ਤੁਸੀਂ ਦੇਖ ਸਕਦੇ ਹੋ ਮੈਨੂਅਲ ਅਤੇ ਪਾਰਟਸ ਵਿਦਆਊਟ ਮੈਨੂਅਲ ਇਹ ਬਣਨੀ ਨਹੀਂ ਹੈਗੀ ਅਤੇ ਆਪਾਂ ਮੈਨੂਅਲ ਨਾਲ ਬਣਾ ਰਹੇ ਹਾਂ ਅਤੇ ਪੂਰਾ ਦੇਖਿਓ ਬਣਾਉਣਾ ਇਹ ਜਮ੍ਹਾਂ ਸੌਖਾ ਨਹੀਂ ਹੈਗਾ ਕਿਉਂਕਿ ਪਹਿਲਾਂ ਤਾਂ ਪਾਰਟ ਹੀ ਬਹੁਤ ਜ਼ਿਆਦਾ ਨੇ ਇਸ 'ਚ ਆਲਮੋਸਟ 261 ਪਾਰਟ ਸੀਗੇ ਜਿਹੜੇ ਆਪਾਂ ਬਹੁਤ ਹੀ ਦੇਖ ਦੁੱਖ ਕੇ ਬਣਾਏ ਨੇ ਉਹ ਤੋਂ ਮੈਨੂਅਲ ਵੀ ਕੰਪਲੀਕੇਟਡ ਜਿਹਾ ਹੀ ਸੀਗਾ ਬਟ ਇਨ ਦੀ ਐਂਡ ਆਪਾਂ ਕਰਕੇ ਦਿਖਾਇਆ ਅਤੇ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਕਿਵੇਂ ਮੈਂ ਲੈਗੋ ਬਿਲਡ ਕੀਤਾ ਹੈ ਸਾਰਾ ਸੋ ਗਾਇਸ ਕਾਫੀ ਹੱਦ ਤੱਕ ਆਪਣਾ ਹੋ ਚੁੱਕਿਆ ਹੈ ਕੰਪਲੀਟ ਬਾਕੀ ਯਾਰ ਸਭ ਤੋਂ ਫੈਸੀਨੇਟਿੰਗ ਚੀਜ਼ ਇਹ ਹੈ ਕਿ ਇਹਦੇ 'ਚ ਨਾ ਡਿਟੇਲਸ ਨੇ ਪੂਰੀਆਂ ਆਹ ਦੇਖੋ ਤੁਸੀਂ
ਜਿਵੇਂ ਕਿ ਫਰਾਰੀ ਦਾ ਇਹਦੇ 'ਚ ਲੋਗੋ ਦਿਖਾਇਆ ਗਿਆ ਹੈ, ਹੈ ਨਾ। ਇਹ ਇਹਦਾ ਇੰਟੀਰੀਅਰ ਤਿਆਰ ਹੋ ਰਿਹਾ, ਪਹਿਲਾਂ ਆਪਾਂ ਇੰਟੀਰੀਅਰ ਤਿਆਰ ਹੋਊਗਾ ਫਿਰ ਇਹਦਾ ਐਕਸਟੀਰੀਅਰ। ਸੋ ਸਟੇ ਟਿਊਨ, ਬਣੇ ਰਹੋ, ਘੈਂਟ ਚੀਜ਼ ਹੈ। ਥੋੜ੍ਹਾ ਟਾਈਮ ਜ਼ਿਆਦਾ ਲੱਗ ਰਿਹਾ ਹੈ, ਫਸਟ ਟਾਈਮ ਬਣਾ ਰਹੇ ਹਾਂ ਆਪਾਂ, ਬਟ ਸਹੀ ਹੈ ਯਾਰ। A few moments later. Guys, try ਕਰਿਓ ਜਦੋਂ ਵੀ ਤੁਸੀਂ ਕੋਈ ਲੈਗੋ ਬਿਲਡ ਕਰਨਾ ਹੈ, ਤਾਂ ਹੋ ਸਕੇ ਤਾਂ ਬੜਾ ਹੀ ਲੈਗੋ ਲਿਓ, ਕਿਉਂਕਿ ਜਿਹੜਾ ਛੋਟਾ ਲੈਗੋ ਹੁੰਦਾ ਹੈ ਉਹਦੇ 'ਚ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ। ਟਾਈਮ ਲੱਗਣ ਦਾ ਕੋਈ ਚੱਕਰ ਨਹੀਂ ਹੈਗਾ, ਬਟ ਯਾਰ ਕੰਪਲੀਕੇਟਡ ਬਹੁਤ ਹੁੰਦਾ। ਸੋ ਗਾਇਜ਼, ਹਾਲੇ ਤੱਕ ਆਪਣਾ ਇੰਨਾ ਕੁ ਪੋਰਸ਼ਨ ਤਿਆਰ ਹੋਇਆ ਹੈ, ਥੋੜ੍ਹਾ ਜਿਹਾ ਤੁਹਾਨੂੰ ਹਿਸਾਬ ਹੋ ਗਿਆ ਹੋਣਾ ਵੀ ਕੀ ਬਣ ਚੁੱਕਿਆ ਹਾਲੇ ਤੱਕ। ਇਹ ਦਿਖਦਾ ਈਜ਼ੀ ਹੈ, ਬਟ ਜਿੰਨਾ ਛੋਟਾ ਉਨਾ ਕੰਪਲੀਕੇਟਡ ਵੀ ਹੈ। A few inches later. ਕਰਦੇ ਕਰਾਉਂਦੇ ਇੱਕ ਪ੍ਰੋਬਲਮ ਵੀ ਆ ਗਈ ਸੀਗੀ ਕਿ ਜਿਹੜਾ ਇੱਕ ਪਾਰਟ ਸੀਗਾ ਉਹ ਨੀਚੇ ਡਿੱਗ ਗਿਆ ਸੀਗਾ, ਬਟ ਆਪਾਂ ਲੱਭ ਲਿਆ ਅਤੇ ਉਹਦੇ ਨਾਲ ਹੀ ਫਿਰ ਆਪਾਂ ਹੌਲੀ ਹੌਲੀ ਕਰਦੇ ਹੋਏ ਆਪਾਂ ਬਿਲਡ ਕਰਦੇ ਗਏ, ਬਿਲਡ ਕਰਦੇ ਗਏ ਅਤੇ ਮਜ਼ਾ ਵੀ ਆ ਰਿਹਾ ਸੀ, ਬਟ ਯਾਰ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਸੀਗਾ, ਕਿਉਂਕਿ ਯਾਰ ਛੋਟੇ ਛੋਟੇ ਪਾਰਟ ਸੀਗੇ ਅਤੇ ਉੱਪਰੋਂ ਮੈਨੂਅਲ 'ਚ ਅੱਡ ਅੱਡ ਚੀਜ਼ਾਂ ਦਿੱਤੀਆਂ ਗਈਆਂ ਸੀਗੀਆਂ। ਸੋ ਗਾਇਸ, ਬਹੁਤ ਜ਼ਿਆਦਾ ਸਟਰਗਲ ਕਰਕੇ ਇੰਨਾ ਕੰਪਲੀਟ ਹੋ ਚੁੱਕਿਆ ਆਪਣਾ, ਤੁਸੀਂ ਦੇਖ ਸਕਦੇ ਹੋ। ਹੁਣ ਥੋੜ੍ਹੀ ਜਿਹੀ ਲੁੱਕ ਆ ਰਹੀ ਹੋਣੀ, ਸੋਹਣਾ ਗੋਲ ਲੱਗ ਰਿਹਾ, ਫਾਈਨਲ ਟੱਚ ਥੋੜ੍ਹਾ ਥੋੜ੍ਹਾ ਦਿਖਣ ਲੱਗ ਗਿਆ, ਬਾਕੀ ਐਗਜ਼ੌਸਟ ਸੀ ਇਹ। ਮੈਨੀ ਮੈਨੀ ਟੋਇਜ਼ ਲੇਟਰ। ਸੋ ਗਾਇਸ, ਫਾਈਨਲੀ ਤਿਆਰ ਹੋ ਚੁੱਕੀ ਹੈ, 3 ਘੰਟੇ ਲੱਗ ਗਏ ਇਹਨੂੰ ਤਿਆਰ ਕਰਦੇ ਨੂੰ, ਫਾਈਨਲੀ ਤਿਆਰ ਹੋ ਚੁੱਕੀ ਹੈ ਸਾਡਾ ਫਰਾਰੀ ਲੈਗੋ। ਚੈੱਕ ਕਰੋ, ਕਾਫੀ ਟਾਈਮ ਲੱਗ ਗਿਆ ਤੁਹਾਨੂੰ ਐਂਡ 'ਚ। ਹੁਣ ਮੈਂ ਜਿਹੜੇ ਸਟਿੱਕਰ ਲੈ ਕੇ ਉਹ ਲਾ ਕੇ ਫਿਰ ਤੁਹਾਨੂੰ ਪੂਰਾ ਫਿਨਿਸ਼ਿੰਗ ਟੱਚ ਦਿੰਦਾ। ਸੋ ਗਾਇਸ, ਫਾਈਨਲੀ ਲੈਗੋ ਬਿਲਡ ਕਰ ਦਿੱਤਾ ਆਪਾਂ, ਦੇਖੋ ਤੁਸੀਂ ਫਰਾਰੀ। ਬਹੁਤ ਸਾਰੀ ਚੀਜ਼ ਬਣੀ ਆ, ਬੜਾ ਟਾਈਮ ਲੱਗਿਆ ਯਾਰ ਇਹਨੂੰ ਬਣਾਉਣ ਨੂੰ, ਪਰ ਇਨ ਦੀ ਐਂਡ ਕਰ ਦਿੱਤਾ ਆਪਾਂ। ਸੋ ਸਿਰੇ ਲੱਗ ਗਈ ਗੱਲਬਾਤ, ਬਹੁਤ ਡਿਊਟੀ ਹੁੰਦਾ ਯਾਰ ਇਹ, ਛੋਟੇ ਵਾਲੇ ਨੂੰ ਇੰਨਾ ਟਾਈਮ ਲੱਗਿਆ, ਵੱਡੇ ਵਾਲੇ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗਿਆ। ਸੋ ਗਾਇਜ਼, ਇਹ ਸੀਗਾ ਮੇਰਾ ਅੱਜ ਦਾ ਵਲੋਗ, ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਣਾ। ਆਉਣ ਵਾਲੇ ਵਲੋਗਸ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਮਾਈ ਚੈਨਲ ਨੇਮ ਇਜ਼ ਕਿਰਨ ਨੇਸ਼ਨ, ਅਤੇ ਮੈਨੂੰ ਇੰਸਟਾ 'ਤੇ ਫੋਲੋ ਕਰਿਓ, ਮਾਈ ਇੰਸਟਾਗ੍ਰਾਮ ਨੇਮ ਇਜ਼ ਕਿਰਨ ਦੀ ਬਾਈ ਵਲੋਗਸ। ਓਕੇ, ਪੀਸ ਆਊਟ।